ਕਿਹੜੇ ਤੁਹਾਨੂੰ ਅਕਾਲੀ ਦਲ ਵੱਲੋਂ ਆਫਰ ਆਏ ਕਿ ਉਹ ਤੁਸੀਂ ਉੱਥੇ ਐਕਸੈਪਟ ਕਰੋਗੇ? ਮੈਂ ਦੇਖੋ ਜੇ ਮੇਰਾ ਪਰਿਵਾਰ ਕਹੂਗਾ, ਮੈਂ ਵਾਰ ਵਾਰ ਇਹ ਗੱਲ ਕਹਿ ਰਿਹਾ, ਮੇਰੇ ਜੇ ਮੇਰਾ ਪਰਿਵਾਰ ਕਹੂਗਾ ਕਾਂਗਰਸ ਛੱਡੋ, ਅਕਾਲੀ ਦਲ ਜੁਆਇਨ ਕਰੋ ਜਾਂ ਕੋਈ ਹੋਰ ਪਾਰਟੀ ਕਰੋ, ਇਹ ਡਿਪੈਂਡ ਕਰਦਾ ਮੇਰੇ ਪਰਿਵਾਰ 'ਤੇ, ਕਿਉਂਕਿ ਮੇਰਾ ਪਰਿਵਾਰ ਕੋਈ ਛੋਟਾ ਪਰਿਵਾਰ ਨਹੀਂ। ਸ਼ਹੀਦੀ ਦਿੱਤੀ ਹੈ ਕਾਂਗਰਸ ਪਾਰਟੀ ਦੇ ਵਿੱਚ, ਦੋ ਪੁਸ਼ਤਾਂ ਲਾਈਆਂ, ਔਰ ਜਦੋਂ ਕੋਈ ਚੀਜ਼ ਛੱਡਣੀ ਹੁੰਦੀ ਉਦੋਂ ਥੋੜ੍ਹੀ ਤਕਲੀਫ ਵੀ ਹੁੰਦੀ ਹੈ, ਲੇਕਿਨ ਇਹਦਾ ਮੰਥਨ ਜਿਹੜਾ ਪਰਿਵਾਰ ਨੇ ਕਰਕੇ, ਜੇ ਮੈਨੂੰ ਕਹਿਣਗੇ ਛੱਡ ਦਿਓ ਮੈਂ ਛੱਡ ਦਿੰਦਾ। ਸਰ ਪਾਰਟੀਆਂ ਦੋ ਹੀ ਗਿਣੀਆਂ ਜਾਂਦੀਆਂ ਪਈਆਂ ਇਸ ਟਾਈਮ 'ਤੇ, ਜੇ ਅਸੀਂ ਗੱਲ ਕਰੀਏ ਆਮ ਆਦਮੀ ਪਾਰਟੀ ਤਾਂ ਉਦੋਂ ਕੋਈ ਵੀ ਇੰਨਾ ਵਜੂਦ ਨਹੀਂ ਹੈਗਾ, ਜਾਂ ਅਕਾਲੀ ਦਲ, BJP ਜਾਂ ਕਾਂਗਰਸ ਪਾਰਟੀ। ਜੇ ਅਕਾਲੀ ਦਲ ਵੱਲੋਂ ਤੁਹਾਨੂੰ ਆਫਰ ਆਉਂਦੀ ਹੈ ਤਾਂ ਅਕਸੈਪਟ ਕੀਤੀ ਜਾਊਗੀ? ਮੈਂ ਤਾਂ ਹੀ ਐਕਸੈਪਟ ਕਰਾਂਗਾ ਨਾ ਜੇ ਮੇਰਾ ਫੈਮਿਲੀ ਮੈਨੂੰ ਅਲਾਓ ਕਰੇਗੀ, ਜੇ ਉਹ ਮੈਨੂੰ ਦੇਣਗੇ, ਫੈਮਿਲੀ ਮੇਰੀ ਹਾਂ ਕਰੇਗੀ ਤਾਂ ਮੈਂ ਕਰ ਲਵਾਂਗਾ।